یا ستار العیوب یا غفار الذنوب علیم بذات صدور مالک القدوس بارالہ حادی برحق ظهور جل فرما مالک کائنات صالحال علیے اس قابل ہوئے تیری ذات قبول فرما لو تو محمد والے محمدی قبول فرما لو مالک کائنات جڑے مومنین بے رزق شفائے مالک ماتمی غدار پتر عطا فرما حسین ابن علی دی عزت واسطے مالک جڑے مومنین بیمارن شفائے کلی عطا فرما جڑیاں دعاواں حاجت ہیں کریم اللہ تیری ذات بہتر جاندی ہے محمد ولی دا عظیم خالق تمام حاجات نو پورا فرما اللہم صلی علی محمد حسین بادشاہ دے عظیم عزادار تشریف فرماؤ میرے واجب الاحترام عزت معاب مخدوم باوصیت محسن رضا بخاری صاحب دا حکمائی 24 گھنٹے تقریباً من ہو گئے سفر کر رہے ہیں کل رات 8 بجے میں کراچی عباس اجمیری ساتھ تر پڑی ہے اپنے وقت دے اندر تنو کائنات دے امیر دی دھی دی غربت سوامنا چاہتا مظلوم دا زوارا ماتمیاں دعا منگا جڑے غریباں دے غم میں ڈائی مار کے رہن دے انشاء اللہ دنیا دے کہیں غم وچ نہ رہو دعائیا حاضری ہے دو عظیم ہستیاں تشریف فرمائیں اللہ دا دین بچا کے نانے محمد دی شریعت بچا کے بابے علی دی امامت تے ولایت بچا کے ماں بطول دی چادر لٹا کے ماں حسین دی راضی 18 بناواں دی بھیڑ اجڑ کے وطن تے ول لئیے ذاکر گرا زدار تشریف فرماؤ بہن تے بیران ہو جڑے جوان بیٹھے ہو تمہارے حصے زدار دے اتنا پیار ہا پتر علی اکبر نال بلا انہیں یار جناحی کیتی اتنا پیار ہا علی اکبر نال مدینے دے باروں اپنا خیمہ میری آقا زادی اتھا لوائے جتھا ٹر دے ویلے علی اکبر آزان دیتی ہے ملاؤنا ملاؤنا ماں حسین دل عزیز جی جی ٹھیک ٹھیک ٹر دے ویلے حسین دے پتر آزان دیتی ہے شاہ صاحب پہ فرمے دن جو حسین دے یوسف دی شہادت میرے ندو بھائیاں پڑھنی ہے میں شہادت سے زیادہ نہیں علی اکبر دی ماں دا اجڑنا دسائیں دا پیا حسین دے پتر فرمایا چاچا بشیر امتی اچوں ساڈی غربت دا پہلا ذکر ہے مدینے والے انو دسانا اج تو 2 سال پہلے جڑے سردار ٹورے آنے انہاں چو بچ دے ول لائے بھلا انہیں یار نہ سمجھیے مدینے دی ہر گلی ہر موڑ ہر چوک وچ کھڑ کے پیا دے مدینے والو اج تو 2 سال پہلے جڑے سردار ٹورے آنے انہاں چو بچ دے ول لائے اور یہ اعلان سن کے مدینے دی عورتاں کبلا مدینے دے مرد مدینے دے بچے باہر آ گئے ایک ضعیف پوچھیا تو جو آدھا کھڑے انہاں چو بچ دے ول لائے جڑے نہیں ولے او کتھا رہ گئے
ਜਿਗਰ ਤੇ ਹੱਥ ਰੱਖ ਕੇ ਆਦੇ ਕਿਆ ਦੱਸਾਂ ਕੋਈ ਕਰਬਲਾ ਏ ਮਾਂ ਹੁਸੈਨ ਦੀ ਰਾਜ਼ੀ ਹੋਵੇ ਕੋਈ ਕੂਫਾ ਏ ਕੋਈ ਸ਼ਾਮ ਏ ਪਹਿਲੇ ਇਮਰਾਨ ਸ਼ਾਹ ਜੀ ਪਹਿਲੇ ਜ਼ਈਫ ਆ ਕੇ ਸਵਾਲ ਕੀਤਾ ਐਲਾਨ ਕਰਨ ਵਾਲਾ ਇਹ ਐਲਾਨ ਤਾਂ ਹੀ ਕੀਤੇ ਸਾਨੂੰ ਇਹ ਦੱਸਾ ਅਬਾਸ ਇਬਨੇ ਅਲੀ ਵੱਲੇ ਦੁਆ ਸਰ ਜਿਹੜੇ ਗਾਜ਼ੀ ਸਰਦਾਰ ਦੇ ਮੁਰੀਦ ਬੈਠੇ ਹੋ ਨਾ ਤੁਹਾਡੇ ਹਿੱਸੇ ਦਾ ਦਰਦ ਹੈ ਅਬਾਸ ਇਬਨੇ ਅਲੀ ਵੱਲੇ ਬਾਈ ਜਾਨ ਜਵਾਬ ਦੇਵਣ ਲੱਗੇ ਵੱਧ ਜਵਾਨ ਹੈ ਆ ਕੇ ਆਦੇ ਸਭ ਤੋਂ ਪਹਿਲੇ ਦੱਸਾਂ ਅਲੀ ਦਾ ਪੁੱਤਰ ਅਬਾਸ ਵੱਲੇ ਜਵਾਬ ਮਾਤਮੀਓ ਡੇਵਣ ਲੱਗਾ ਬੱਚੇ ਭਜਦੇ ਹੋਏ ਆਏ ਆਦਿਨ ਸਭ ਤੋਂ ਪਹਿਲੇ ਦੱਸਾ ਅਲੀ ਦਾ ਪੁੱਤਰ ਅਬਾਸ ਵੱਲੇ ਬਸ਼ੀਰ ਦੇ ਭਾਅ ਜੀ ਚਿਹਰੇ ਤੇ ਗੁੱਸਾ ਆਇਆ ਆਦੇ ਯਾਰ ਸਰਦਾਰ ਤਾਂ ਅਬਾਸ ਦੇ ਸਰਦਾਰ ਹੁਸੈਨ ਬਾਦਸ਼ਾਹੀ ਅਲੀ ਅਕਬਰ ਬਾਦਸ਼ਾਹੀ ਸੱਜਾਦ ਹੀ ਏ ਸਾਰੇ ਅਬਾਸ ਦਾ ਕਿਉਂ ਪੁੱਛਦੇ ਹੋ ਇੱਕ ਜ਼ਈਫ ਗੱਲ ਨਾਲ ਲਾ ਕੇ ਆਦੇ ਨਾਰਾਜ਼ ਨਾ ਹੋ ਗਾਜ਼ੀ ਦਾ ਵੱਲ ਵਾਲੀ ਵਾਸਤੇ ਪੁੱਛਦੇ ਹੈ ਅਗਰ ਅਬਾਸ ਵੱਲ ਆਏ ਤਾਂ ਵੱਧ ਹਰ ਕੋਈ ਵੱਲ ਆਏ ਵੱਲਾ ਹੋਵੇ ਮਾਂ ਹੁਸੈਨ ਦੀ ਰਾਜ਼ੀ ਹੋਵੇ ਅਗਰ ਗਾਜ਼ੀ ਵੱਲ ਆਏ ਵੱਧ ਹਰ ਕੋਈ ਵੱਲ ਆਏ ਐਲਾਨ ਬਈ ਜਨ ਹਰ ਕੈ ਸੁਣਿਆ ਜਿਵੇਂ ਅਲੀ ਦੇ ਅਲੀ ਪੁੱਤਰ ਮੁਹੰਮਦ ਰਫੀਆ ਸੁਣੇ ਇੰਜ ਬਾਬਾ ਜੀ ਕਹੇ ਨਾ ਸੁਣੇ ਰਿਆਇਆ ਨੂੰ ਤਿਆਰ ਕੀਤਾ ਅਜ਼ੀਮ ਤੇ ਸਵਾਰ ਹੋਇਆ ਮੇਰੇ ਤੁਹਾਡੇ ਚੌਥੇ ਇਮਾਮ ਸੁਣੇ ਨਾ ਜੋ ਸਾਡਾ ਚਾਚਾ ਇਸਤਕਬਾਲ ਵਾਸਤੇ ਪਿਆ ਆਉਂਦੇ ਫਰਮਾਇਆ ਪੀ ਅੰਮਾ ਇਜਾਜ਼ਤ ਦਿੰਦੀ ਹੋ ਮੈਂ ਚਾਚੇ ਦੀ ਰਾਹ ਚ ਮਜਵਾਵਾਂ ਹਾਂ ਸਜਾਦ ਲਗਾਉਣ ਬਾਕਰ ਦੀ ਆਵਾਜ਼ ਆਉਂਦੀ ਹੈ ਡਾਡੀ ਇਜਾਜ਼ਤ ਦਿੰਦੇ ਹੋ ਮੈਂ ਤੁਹਾਡੇ ਵਿਰਾਹ ਦੀ ਰਾਹ ਚ ਵਜਵਾਵਾਂ ਪਹਿਲਾ ਕਦਮ ਭਜਨ ਚਾਹਿਆ ਦੂਜਾ ਕਦਮ ਬਾਕਰ ਚਾਹਿਆ ਤੀਜਾ ਕਦਮ ਸੀ ਅਜ਼ਾਦਾ ਜ਼ਮੀਨ ਤੇ ਨਾ ਆਇਆ ਧੀ ਅਲੀ ਦੀ ਫਰਮੈਂਦਨ ਬਾਕਰ ਤੂੰ ਏ ਮੇਰੀ ਗੁਰਬਤ ਦਾ ਇਨੀ ਸ਼ਾਹਿਦ ਮੋਮਨ ਦੇ ਰੋਵਣ ਵਾਸਤੇ ਕਬਰ ਹਸ਼ਰ ਤੇ ਜੰਨਤ ਤੱਕ ਲਫ਼ਜ਼ ਕਾਫੀ ਏ ਬਤੂਲ ਦੀ ਬਤੂਲ ਦੀ ਆਦੀ ਏ ਬਾਕਰ ਮੈਦਾ ਭਰਾ ਮੁਹੰਮਦ ਰਫੀਆ ਵਕਤ ਦਾ ਅਲੀ ਵੀ ਏ ਆਪਣੇ ਵਕਤ ਦਾ ਅੱਬਾਸ ਸੀ ਮੇਰੇ ਭਰਾ ਨੂੰ ਹਰ ਦੁੱਖ ਦੱਸੇ ਹਰ ਦਰਦ ਦੱਸੇ ਦੋ ਦਰਦ ਨਾ ਦੱਸੇ ਬਾਕਰਾ ਦੇ ਡਾਡੀ ਕਿਹੜੇ ਜਿਹੜੇ ਜਵਾਨ ਬੈਠੇ ਹੋ ਰੋ ਕੇ ਆਦੀ ਏ ਇੱਕ ਮੇਰੇ ਅਕਬਰ ਦੀ ਮੌਤ ਨਾ ਦੱਸੇ ਦੂਜਾ ਮੇਰਾ ਸ਼ਰਾਬੀ ਦਾ ਬੋਲਣਾ ਨਾ ਦੱਸੇ ਬੋਲੋ ਮਿੱਟੀ ਤੇ ਬਹਿ ਗਏ ਮੁਹੰਮਦ ਰਫੀਆ ਦਾ ਗੁਜ਼ਰ ਹੋਇਆ ਸਾਰਾ ਮਜ਼ਮੂਨ ਛੋੜ ਦਿੱਤੇ ਬਿਲਕੁਲ ਵਹਿਣ ਦੇ ਕਰੀਬ ਸਾਦਾਤ ਗੈਰੇ ਸਾਦਾਤ ਬਾਬਾ ਜੀ ਮੁਸੱਲੇ ਤੇ ਬਹਿ ਕੇ ਰੋਣ ਵਾਲਾ ਦਰਦ ਚਾਚੇ ਦਾ ਬਜ਼ੁਰਗ ਹੋ ਜਿਹੜੇ ਬਜ਼ੁਰਗ ਬੈਠੇ ਹੋ ਮਾਂ ਦੀ ਗੋਦ ਤੋਂ ਮਹਿਲਾ ਸੁਣਨ ਦੇ ਆਦੀ ਜਿਹੜੇ ਚਿਹਰੇ ਬੈਠੇ ਹੋ ਚਾਚੇ ਦਾ ਬਾਬਾ ਜੀ ਗੁਜ਼ਰ ਹੋਇਆ ਬਤਰੀਜੇ ਕੋਲ ਚਾਚੇ ਨਹੀਂ ਸੁਝਾਤਾ ਚਾਚਾ ਬਤਰੀਜੇ ਕੋ ਪੇ ਆਦੇ ਜ਼ਈਫ ਮੇਰਾ ਸਲਾਮ ਹੋਵੇ ਆਸਮਾਨ ਵਾਲੇ ਪਾਸੇ ਦੇਖ ਕੇ ਆਦੇ ਮੇਰਾ ਅੱਲਾ ਮੇਰੀ ਗੁਰਬਤ ਦਾ ਗਵਾਹ ਰਹੇ ਸਕਾ ਚਾਚਾ ਮੇਰੇ ਕੋ ਨਹੀਂ ਸੁਝਾ ਸਕਦਾ ਮੁਹੰਮਦ ਅਲਫੀ ਅਜ਼ੀਮ ਤੋਂ ਜ਼ਮੀਨ ਤੇ ਕੌਣ ਹੈ ਚਾਚਾ ਛੱਡਣ ਵਾਲਾ ਔਖਾ ਬਾਬਾ ਜੀ ਡਾਡੇ ਅਲੀ ਦਾ ਨਾਮ ਚਾਇਸ ਬਹੁ ਔਖਾ ਨਾਮ ਚਾਜ ਔਖਾ ਉੱਠੇ ਸਜਾਦ ਬਈ ਵਦਾ ਕੇ ਆਦੇ ਸੁਜਾਨ ਤੇਰੇ ਭਰਾ ਦੀ ਪੱਗ ਦਾ ਵਾਰਿਸ ਸਜਾਦ ਮੁਹੰਮਦ ਰਫੀਆ ਗੱਲ ਨਾ ਲਾਇਆ ਜਨਾਬ ਸਜਾਦ ਬਾਬਾ ਜੀ ਭਾਵਣਾ ਸ਼ੁਰੂ ਕੀਤਾ ਫਰਮਾਇਆ ਚਾਚਾ ਮੇਰੀ ਕੰਡ ਤੂੰ ਹੱਥ ਚਾ ਲੈ ਮੁਹੰਮਦ ਰਫੀਆ ਸਮਝਿਆ ਜੋ ਸਜਾਦ ਨਾਰਾਜ਼ ਹੋ ਗਿਆ
ਫਰਮਾਇਆ ਨਾਰਾਜ਼ੇ ਚਾਚਾ ਨਾਰਾਜ਼ ਨਹੀਂ, ਮੇਰੇ ਗਲੇ ਚ ਲੋਹੇ ਦੇ ਤੌ ਕਾਏ ਪੈਰਾਂ ਚ ਬੇੜੀਆਂ ਏ, ਜੈ ਵੇਲੇ ਤੱਕ ਤੇਰੀ ਛੋਟੀ ਭਤਰੀਜੀ ਜੀਂਦੀ ਰਹੀ ਏ, ਆਪਣੇ ਹਿੱਸੇ ਦਾ ਪਾਣੀ ਮੇਰੇ ਤਪਦੇ ਜ਼ੰਜੀਰਾਂ ਤੇ ਛਲਕੇ। ਸੱਜਣਾ ਨੂੰ ਨਾਲ ਲਾ ਕੇ ਮੁਹੰਮਦ ਰਫੀਆ ਗਾ ਰਹੇ ਨੇ, ਦੀ ਅਲੀ ਦੀ ਕਿ ਨਹੀਂ ਅਕਬਰ ਦੇ ਬੰਦਰਵਾਜ਼ੇ ਤੇ, ਕਿ ਨਹੀਂ ਹੁਸੈਨ ਦੇ ਬੰਦਰਵਾਜ਼ੇ ਤੇ, ਕਿ ਨਹੀਂ ਅਬਾਸ ਦੇ ਬੰਦਰਵਾਜ਼ੇ ਤੇ, ਮੇਰੇ ਆਜ਼ਾਦਾਰ ਬੈਠੇ ਹੋ। ਬਾਬਾ ਜੀ ਮੇਰੀ ਅੱਕ ਆਜ਼ਾਦੀ ਦੇ ਆਵਣ ਦੀ ਖਬਰ ਸੈਣ ਦੀਆਂ ਧੀਆਂ ਸੁਣੀ ਹੈ, ਇਹ ਰੂਹਾਨੀਅਤ ਵੀ ਦੱਸੈਂਦੀ ਹੈ, ਮੇਰਾ ਚੌਥਾ ਇਮਾਮ ਮਜਲਿਸ ਵਿੱਚ ਮੌਜੂਦ ਹੈ। ਝੋਲੀ ਫੈਲਾ ਬੋ ਸ਼ਾਮ ਦਾ ਵਕਤ ਹੈ, ਸ਼ਾਮ ਚ ਉਜੜਾਂ ਦੀ ਸੈਣ ਦੇ ਦਰਦ ਪਹਿਲੇ ਦੀ ਮਾਂ ਕੋ ਮਿਲਣਾ ਹੀ ਹੈ, ਦੂਜੇ ਦੀ ਮਾਂ ਕੋ ਮਿਲਣਾ ਹੀ ਹੈ, ਤੀਜੇ ਦੀ ਮਾਂ ਕੋ ਮਿਲਣਾ ਹੀ ਹੈ। ਸਤਾਰਾਂ ਦੀ ਮਾਂ ਕੋ ਮਿਲਣਾ ਦੀ ਰਹੀ ਹੈ, ਸੁਬਹ ਦੀਆਂ ਖੜਦੀਆਂ ਏ, ਮਗਰਬ ਦੀਆਂ ਅਜ਼ਾਨਾਂ ਮਿਲਵੈਂਦੀਆਂ ਏ, ਮੇਰੀ ਸੈਣ ਸਲਾਮ ਦਾ ਜਵਾਬ ਦੇਦੀ ਆਈ, ਕਰਬਲਾ ਤੋਂ ਮੂੰਹ ਕਰਕੇ ਆਦੀ ਆਈ, ਅਕਬਰ ਮੈਂ ਕੋਈ ਮਿਲਣ ਦੇ ਕਾਬਿਲਾ, ਅਕਬਰ ਮਿਲੇ ਤਾਂ ਓਏ ਜਿਹੜੇ ਜ਼ਿੰਦਾ ਵੱਲੇ ਓਏ, ਪਰ ਜਿੱਤੇ ਦੇ ਜਿਗਰ ਚ ਨਹੀਂ ਤੇਰੀ ਮਾਂ ਦੇ ਹਾਥ ਲੱਗੀ ਏ, ਅਕਬਰ ਤੇਰੇ ਚੁਰ ਵੱਜਣ ਦੇ ਬਾਅਦ ਮੇਰੇ ਸਰ ਦੇ ਵਾਲ ਸਫੈਦ ਹੋ ਗਏ, ਮੇਰੀ ਕੰਬਰ ਝੁਕ ਗਈ ਏ, ਰੱਬੇ ਅਕਬਰ ਦੀ ਕਸਮ ਏ, 17ਵੇਂ ਦੀ ਛੋਟੀ ਬੱਚੀ ਦਾ ਸਬਰ ਖਤਮ ਹੋ ਗਿਆ, ਵੱਡੀ ਵੇਲ ਕੁਆ ਦੀ ਏ, ਤੂੰ ਮਿਲ ਨਾ ਮਿਲ ਮੈਂ ਮਾਂ ਦੀ ਝੋਲ ਚ ਵਜਵਾ ਦੀਆਂ, ਮਾਂ ਦੀ ਜੋਲ ਜੋ ਗਈ ਬੈਠੀ ਉਹ ਸਾ ਮਾਂ ਦੇ ਗਲੇ ਪਈ ਪਾਓ ਕੇ ਪੁੱਛਾ, ਮਾਂ ਅਕਬਰ ਨੂੰ ਬਰਛੀ ਕਿਵੇਂ ਲੱਗੀ ਏ, ਮੇਰੇ ਮਾਮੇ ਅਬਾਸ ਦੇ ਬਾਜ਼ੂ ਕਿਵੇਂ ਕਲਮ ਹੋਏ, ਮੇਰੇ ਮਾਮੇ ਹੁਸੈਨ ਦਾ ਸਰ ਨੇੜੇ ਤੇ ਕੁਰਾਨ ਕਿਵੇਂ ਪੜਦਾ ਰਹੀ, 2 ਸਾਲਾਂ ਬਾਅਦ ਹੀ ਮਾਂ ਦੀ ਝੋਲ ਚ ਬੈਠੀਏ, ਜਿਹੜੇ ਮੇਰੇ ਆਜ਼ਾਦਾਰ ਬੈਠੇ ਹੋ, ਰੱਬੇ ਅਕਬਰ ਦੀ ਕਸਮ ਹੈ, ਮੇਰੀ ਸੈਨ ਦਾ ਹੱਕ ਬਣਦਾ ਉਹਦੀ ਦਾ ਸਰ ਚੁੰਮਿਆ, ਰੁਖਸਾਰ ਚੁੰਮਿਆ, ਗੱਲ ਨਾ ਲਾਵਿਆ, ਨਾ ਗੱਲ ਨਾ ਲਾਇਆ, ਨਾ ਸਰ ਚੁੰਮਿਆ, ਨਾ ਰੁਖਸਾਰ ਚੁੰਮੇ, ਮਿੱਟੀ ਤੇ ਫਿਲਾਇਆ, ਕਰਬਲਾ ਤੋਂ ਮੂੰਹ ਕਰਕੇ ਆਦੀਏ, ਹੁਸੈਨ ਹੁਣ ਰਾਦੀਏ, ਮੈਂ ਵਫਾ ਦਾ ਗਦਾ ਕਰ ਛੋੜਿਆ, ਤੇਰੀ ਲੁਕੀਆਂ ਹਵੇਲੀਆਂ ਚਲਾਉਂਦੀ ਰਹੀਏ, ਮੇਰੀ ਜੋਲ ਜਾਈਏ, ਨਾ ਨਾ ਲਾਇਆ, ਨਾ ਸਰ ਚੁੰਮਿਆ, ਰੱਬੇ ਅਕਬਰ ਦੀ ਕਸਮ ਹੈ, ਮੇਰੀ ਸੈਣ ਦੀਆਂ ਦੋਵੇਂ ਧੀਆਂ ਮਾਂ ਦੇ ਸਾਹਮਣੇ ਆਓ ਕੇ ਖੜ ਗਈਆਂ, ਆਦੀਆਂ ਸੰਮਾ ਸਤਾਰਵਣੀਏ, ਮਿਲਣ ਪਈਆਂ ਨਹੀਂ ਹੈ, ਨਾ ਗੱਲ ਨਾ ਲੈਂਦੇ ਹੋ, ਨਾ ਸਰ ਚੁੰਮਦੇ ਹੋ, ਅੰਮਾ ਗਿਆ ਨਾਰਾਜ਼ੇ, ਅਲੀ ਦੀ ਧੀਆ ਦੀਏ, ਮੇਰੀ ਅਧੀਆ ਨਾਰਾਜ਼ ਨਹੀਂ, ਮੇਰੀ ਬਹੁ ਵੱਡੀ ਮਜਬੂਰੀ ਏ, ਬੱਚਿਆ ਆਦੀਆਂ ਨਮਾ, ਨਾ ਕਰਬਲਾ ਏ, ਨਾ ਕੂਫਾ, ਨਾ ਸ਼ਾਮ ਏ, ਕਿਹੜੀ ਮਜਬੂਰੀ ਏ, ਰੋ ਕੇ ਆਦੀਏ, ਉਹ ਦੇਖੋ ਧੂਪ ਤੇ ਰੁਬਾਬ ਬੈਠੀ ਏ, ਮਦਦ ਤੂੰ ਮੇਰੀ ਝੋਲੀ ਚ ਬੈਠਾ ਦੇ ਗੇ, ਅਸਗਰ ਤੇ ਸਕੀਨਾ ਦੀ ਯਾਦ ਆਵੇ, ਮਿੰਬਰ ਦੀ ਗੱਸਾਂ ਮੈਂ ਮੇਰੀ ਸੈਨ ਦੀਆਂ ਦੋਵੇਂ ਧੀਆਂ ਰੋਂਦੀਆਂ ਹੋਈਆਂ ਸੈਯਦਾਦਾ ਵਾਪਸ ਆਈਆਂ, ਜਦਾਂ ਜਨਾਬੇ ਅਬਦੁੱਲਾ ਧੀਆਂ ਦੇ ਚਿਹਰਾ ਤੇ ਮਾਤਮੀਆਂ ਮੌਤ ਦੀ ਜ਼ਰਦੀ ਡਿੱਠੀ, ਜਨਾਬੇ ਅਬਦੁੱਲਾ ਜ਼ਹਿਨ ਸੋਚੇ, ਅਗਰ ਮਾਂ ਧੀਆਂ ਕੋ ਨਾ ਮਿਲੀ, ਮੇਰੀਆਂ ਧੀਆਂ ਮਰ ਵੈਸੇ, ਰੱਬੇ ਅਕਬਰ ਦੀ ਕਸਮ ਏ, ਜਨਾਬੇ ਅਬਦੁੱਲਾ ਸਿਆਲਾ ਦਾ ਪੈਗਾਮ ਭਿਜਵਾਏ, ਚਾਚੇ ਜਾਈ ਮੇਰੇ ਵੇਹੜਿਆ, ਸ਼ੋਰ ਦਾ ਪੈਗਾਮ ਮਿਲਣਾ, ਬਾਈ ਜਾਨ ਦੀ ਅਲੀ ਦੀ ਬੁਰਕਾ ਪਾਇਆ ਏ, ਪਹਿਲਾ ਕਦਮ ਚ ਆਇਆ ਏ, ਦੂਜਾ ਕਦਮ ਚ ਆਇਆ ਏ, ਜਾਂ ਤੀਜਾ ਕਦਮ ਜ਼ਮੀਨ ਤੇ ਨਹੀਂ ਆਇਆ, ਮੇਰੇ ਚੌਥੇ ਇਮਾਮ ਖੂਨ ਰੋਣਾ ਸ਼ੁਰੂ ਕੀਤਾ ਏ, ਅਲੀ ਦੀ ਧੀਆ ਦੀ ਏ ਸਜਾ, ਨਾ ਸ਼ਾਮ ਦਾ ਸ਼ਹਿਰ ਏ, ਨਾ ਅਲੀ ਦਾ ਦਰਬਾਰ ਏ, ਹੁਣ ਰਾਤ ਕਿਉਂ ਰੋਂਦਾ ਏ, ਸਯਦਾ ਦਾ ਅੰਮਾ ਕਾਇਰਾਤ ਚ ਨਜ਼ਰ ਭਵਾ, ਪੇਕੇ ਜਿਹੜੇ ਗਰੀਬ ਹੋਵੇ, ਨੋ ਧੀਆ ਗੁਖਾਲੀ ਨਹੀਂ ਤੁਰੇ,
ਸ਼ਾਮਾਂ ਮੈਂ ਕੁਛ ਸ਼ਾਮ ਗਰੀਬਾਂ ਲੁੱਟ ਪੈ ਗਈ ਏ।